ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਬਣਾ ਰਹੇ ਹਾਂ ਜੀ ਕਾਸਟਰਡ ਬਰਫੀ। ਬਹੁਤ ਆਸਾਨ ਤਰੀਕੇ ਨਾਲ ਇਹ ਬਣ ਜੂਗੀ ਬਿਨਾਂ ਚਾਸ਼ਨੀ ਤੋਂ। ਕਾਸਟਰਡ ਦੀ ਆਈਸਕ੍ਰੀਮ ਤਾਂ ਤੁਸੀਂ ਕਈ ਵਾਰ ਖਾਧੀ ਹੋਊਗੀ, ਪਰ ਇਹ ਬਰਫੀ ਵੀ ਜ਼ਰੂਰ ਬਣਾ ਕੇ ਤੁਸੀਂ ਟਰਾਈ ਕਰਿਓ ਜੀ। ਤੁਹਾਨੂੰ ਬਹੁਤ ਪਸੰਦ ਆਊਗੀ ਕਿਉਂਕਿ ਬਹੁਤ ਟੇਸਟੀ ਬਣਦੀ ਹੈ। ਅਤੇ ਵੀਡੀਓ ਜੇਕਰ ਵਧੀਆ ਲੱਗੀ ਜੀ ਲਾਈਕ ਜ਼ਰੂਰ ਕਰਿਓ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ, ਅਤੇ ਆਪਣੇ ਚੈਨਲ ਨੂੰ ਜਿਹੜਾ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ। ਚਲੋ ਜੀ ਫਿਰ ਆਪਾਂ ਰੈਸਪੀ ਬਣਾਉਣੀ ਸਟਾਰਟ ਕਰਦੇ ਹਾਂ। ਇੱਕ ਕੌਲੀ ਦੇ ਵਿੱਚ ਜੀ ਆਪਾਂ 2 ਚਮਚ ਭਰ ਕੇ ਹੈ ਪਾਵਾਂਗੇ ਕਾਸਟਰਡ ਦੇ। ਇਹ ਨੋਰਮਲ ਵਨੀਲਾ ਫਲੇਵਰ ਦਾ ਕਾਸਟਰਡ ਹੈ। ਕਈ ਤਰ੍ਹਾਂ ਦੇ ਫਲੇਵਰ ਮਾਰਕੀਟ 'ਚ ਤੁਹਾਨੂੰ ਮਿਲ ਜਾਂਦੇ ਆ, ਜਿਵੇਂ ਕਿ ਸਟ੍ਰੋਬਰੀ, ਮੈਂਗੋ, ਤੁਸੀਂ ਉਹ ਵੀ ਵਰਤ ਸਕਦੇ ਹੋ। ਥੋੜ੍ਹਾ ਜਿਹਾ ਪਾਣੀ ਪਾ ਕੇ ਜੀ ਆਪਾਂ ਇਹਨੂੰ ਘੋਲ ਲਾਂ। ਇਹ ਨਾ ਆਪਾਂ ਜਿਹੜਾ ਕਾਸਟਰਡ ਦਾ ਘੋਲ ਹੈ ਨਾ ਪਹਿਲਾਂ ਹੀ ਤਿਆਰ ਕਰਕੇ ਰੱਖ ਲੈਣਾ ਗਾ। ਅਤੇ ਚੁੱਲ੍ਹੇ 'ਤੇ ਰੱਖ ਲਿਆ ਜੀ ਆਪਾਂ ਭਾਰੀ ਤਲੇ ਦਾ ਇੱਕ ਪੈਨ, ਅਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਇੱਕ ਕੌਲੀ ਭਰ ਕੇ ਖੰਡ ਦੀ। ਚਾਸ਼ਨੀ ਬਣਾਉਣ ਦੀ ਆਪਾਂ ਨੂੰ ਬਿਲਕੁਲ ਜ਼ਰੂਰਤ ਨਹੀਂ ਗੀ, ਸਿਰਫ ਆਪਾਂ ਮੈਲਟ ਹੀ ਕਰਨਾ ਖੰਡ ਨੂੰ, ਯਾਨੀ ਕਿ ਘੋਲਣਾ ਹੀ ਹੈਗਾ। ਕੌਲੀ ਭਰ ਕੇ ਜਿਹੜੀ ਆਪਾਂ ਪਾਣੀ ਵੀ ਪਾ ਦਿਆਂਗੇ, ਇਹਨੂੰ ਚੰਗੇ ਤਰੀਕੇ ਨਾਲ ਆਪਾਂ ਮਿਕਸ ਕਰ ਲਾਂਗੇ ਮੀਡੀਅਮ ਜਿਹੀ ਫਲੇਮ 'ਤੇ। ਬਸ ਉਬਾਲ ਆਉਣ ਤੱਕ ਇਹਨੂੰ ਪਕਾਉਣਾ ਗਾ, ਜਦੋਂ ਤੱਕ ਇਹਨੂੰ ਇੱਕ ਉਬਾਲ ਨਹੀਂ ਆ ਜਾਂਦਾ। ਅਤੇ ਜਦੋਂ ਅੱਗੇ ਆਪਾਂ ਚਾਸ਼ਨੀ ਬਣਾ ਕੇ ਜੀ ਬਰਫੀ ਬਣਾਉਣੇ ਆ, ਕਈ ਵਾਰ ਕੀ ਹੁੰਦਾ ਕਿ ਪਹਿਲੀ ਵਾਰ ਆਪਾਂ ਬਰਫੀ ਬਣਾ ਰਹੇ ਹੁੰਦੇ ਹਾਂ ਕੋਈ ਮਠਿਆਈ, ਅਤੇ ਚਾਸ਼ਨੀ ਆਪਣੇ ਤੋਂ ਬਿਲਕੁਲ ਸਹੀ ਨਹੀਂ ਬਣਦੀ। ਪਰ ਇਹ ਇੱਕ ਇਹੋ ਜਿਹੀ ਬਰਫੀ ਹੈ ਵੀ ਜਿਹਦੇ ਵਿੱਚ ਤੁਹਾਨੂੰ ਚਾਸ਼ਨੀ ਬਣਾਉਣ ਦੀ ਬਿਲਕੁਲ ਜ਼ਰੂਰਤ ਨਹੀਂ, ਬਸ ਹਲਕਾ ਜਿਹਾ ਖੰਡ ਨੂੰ ਜਿਹੜਾ ਤੁਸੀਂ ਮਿਕਸ ਹੀ ਕਰਨਾ। ਪਰ ਚੀਜ਼ਾਂ ਤੁਸੀਂ ਜਿਵੇਂ ਕਿ ਪਾਣੀ, ਖੰਡ ਇਹ ਨਾਪ ਕੇ ਵਰਤਿਓ। ਅਤੇ ਦੇਖੋ ਜੀ ਖੰਡ ਹੈ ਜਿਹੜੀ ਮਿਕਸ ਹੋਣ ਲੱਗ ਗਈ ਅਤੇ ਹਲਕਾ ਜਿਹਾ ਉਬਾਲ ਵੀ ਆਉਣ ਲੱਗ ਗਿਆ। ਹੁਣ ਆਪਾਂ ਇਹਦੇ ਵਿੱਚ ਫਲੇਵਰ ਦੇ ਲਈ ਹੈ ਨਾ ਜਿਹੜਾ ਮੈਂ ਤੇ 3 ਇਲਾਇਚੀਆਂ ਦਾ ਪਾਊਡਰ ਬਣਾ ਕੇ ਰੱਖਿਆ ਸੀ, ਇਹ ਪਾ ਦਿਆਂਗੇ। ਤੁਸੀਂ ਬਾਜ਼ਾਰ 'ਚੋਂ ਵੀ ਇਹ ਜਿਹੜਾ ਇਲਾਇਚੀ ਪਾਊਡਰ ਮਿਲ ਜਾਂਦਾ ਆਸਾਨੀ ਨਾਲ, ਉਹ ਵੀ ਐਡ ਕਰ ਸਕਦੇ ਹੋ। ਜੇ ਤੁਹਾਨੂੰ ਫਲੇਵਰ ਨਹੀਂ ਪਸੰਦ ਜੀ ਤਾਂ ਤੁਸੀਂ ਇਲਾਇਚੀ ਹੈ ਜਿਹੜੀ ਉਹ ਸਕਿੱਪ ਵੀ ਕਰ ਸਕਦੇ ਹੋ। ਅਤੇ ਚਾਸ਼ਨੀ ਨੂੰ ਜੀ ਉਬਾਲ ਆ ਗਿਆ ਚੰਗੇ ਤਰੀਕੇ ਨਾਲ, ਅਤੇ ਹੁਣ ਜਿਹੜਾ ਆਪਾਂ ਇਹ ਕਾਸਟਰਡ ਤਿਆਰ ਕਰਕੇ ਰੱਖਿਆ ਸੀ ਨਾ, ਦੇਖੋ ਇਹ ਥੱਲੇ ਥੋੜ੍ਹਾ ਜਿਹਾ ਜੰਮ ਜਾਂਦਾ। ਚੰਗੇ ਤਰੀਕੇ ਨਾਲ ਤੁਸੀਂ ਚਮਚ ਨਾਲ ਪਹਿਲਾਂ ਇਹਨੂੰ ਮਿਕਸ ਕਰ ਲਿਓ, ਅਤੇ ਥੋੜ੍ਹਾ ਥੋੜ੍ਹਾ ਕਰਕੇ ਜਿਹੜਾ ਆਪਾਂ ਚਾਸ਼ਨੀ ਦੇ ਵਿੱਚ ਆ ਮਿਕਸ ਕਰਦੇ ਜਾਵਾਂਗੇ, ਅਤੇ ਇਸ ਤਰੀਕੇ ਨਾਲ ਮਿਲਾਉਂਦੇ ਜਾਵਾਂਗੇ। ਅਤੇ ਬਸ ਜਦੋਂ ਕਾਸਟਰਡ ਪਾ ਤਾ ਜੀ ਆਪਾਂ, ਅਤੇ ਫਲੇਮ ਹੈ ਤੁਸੀਂ ਥੋੜ੍ਹੀ ਜਿਹੀ ਫੁੱਲ ਕਰ ਦਿਓ, ਅਤੇ ਫੁੱਲ ਫਲੇਮ 'ਤੇ ਇੱਕ ਉਬਾਲ ਦਵਾ ਦੇਣਾ ਬਸ ਆਪਾਂ ਇਹਨੂੰ। ਫਿਰ ਆਪਾਂ ਇਹਨੂੰ ਥੱਲੇ ਉਤਾਰ ਲੈਣਾ, ਤਿਆਰ ਹੋ ਜੂ ਬਣ ਕੇ ਜਿਹੜਾ ਆਪਾਂ ਖੰਡ ਦਾ ਇਹ ਸਿਰਪ ਬਣਾਇਆ। ਅਤੇ ਲਓ ਜੀ ਇਹਨੂੰ ਉਬਾਲ ਆ ਗਿਆ ਅਤੇ ਬਣ ਕੇ ਬਿਲਕੁਲ ਤਿਆਰ ਹੋ ਗਿਆ। ਇਸ ਤਰ੍ਹਾਂ ਦਾ ਜੀ ਇਹ ਖੰਡ ਦਾ ਸਿਰਪ ਹੈ ਜਿਹੜਾ ਬਣ ਕੇ ਤਿਆਰ ਹੋ ਗਿਆ। ਦੇਖੋ ਬਿਲਕੁਲ ਇਸ ਤਰੀਕੇ ਦਾ, ਕੋਈ ਤਾਰ ਨਹੀਂ ਆਪਾਂ ਬਣਾਈ, ਅਤੇ ਬਿਲਕੁਲ ਇਹ ਪਰਫੈਕਟ ਬਣ ਕੇ ਤਿਆਰ ਹੋ ਗਿਆ ਜੀ। ਅਤੇ ਹੁਣ ਆਪਾਂ ਇਹਦੇ ਵਿੱਚ ਨਾ ਹਲਕਾ ਜਿਹਾ ਕਲਰ ਐਡ ਕਰਾਂਗੇ, ਇਹ ਮੇਰੇ ਕੋਲ ਯੈਲੋ ਕਲਰ ਹੈ। ਇਹਦੇ ਨਾਲ ਬਰਫੀ ਦਾ ਜਿਹੜਾ ਕਲਰ ਨਾ ਬਿਲਕੁਲ ਬਾਜ਼ਾਰ ਵਰਗਾ ਆਊਗਾ। ਹਲਕਾ ਜਿਹਾ ਆਪਾਂ ਐਡ ਕਰ ਦਿਆਂਗੇ, ਜੇ ਤੁਹਾਡੇ ਕੋਲ ਹੋਇਆ ਤਾਂ ਤੁਸੀਂ ਐਡ ਕਰ ਲਿਓ, ਅਤੇ ਨਹੀਂ ਤੁਸੀਂ ਰਹਿਣ ਦਿਓ। ਜੇ ਤੁਹਾਡੇ ਕੋਲ ਨਾ ਹੋਇਆ ਤਾਂ ਇਹਨੂੰ ਮਿਕਸ ਕਰ ਦਿਆਂਗੇ ਚੰਗੇ ਤਰੀਕੇ ਨਾਲ, ਅਤੇ ਇਹਨੂੰ ਆਪਾਂ ਜ਼ਿਆਦਾ ਠੰਡਾ ਨਹੀਂ ਕਰਨਾ। ਜਿਹੜਾ ਆਪਾਂ ਇਹ ਖੰਡ ਦਾ ਸਿਰਪ ਬਣਾਇਆ ਇਹਨੂੰ ਇਸ ਤਰੀਕੇ ਨਾਲ ਰੱਖ ਦੇਣਾਗਾ, ਅਤੇ ਹੁਣ ਆਪਾਂ ਨਾ ਸੂਜੀ ਭੁੰਨਣ ਦੀ ਤਿਆਰੀ ਕਰਦੇ ਹਾਂ। ਅਤੇ ਹੁਣ ਜੀ ਆਪਾਂ ਭਾਰੀ ਤਲੇ ਦੀ ਕੜਾਹੀ ਰੱਖ ਲਈ ਚੁੱਲ੍ਹੇ 'ਤੇ, ਇਸ ਕੌਲੀ ਨਾਲ ਹੀ ਨਾਪ ਕੇ ਆਪਾਂ ਖੰਡ ਲਿੱਤੀ ਸੀ, ਅਤੇ ਇਸ ਕੌਲੀ ਨਾਲ ਹੀ ਹੈ ਜਿਹੜਾ ਮੈਂ ਨਾਪ ਕੇ ਸੂਜੀ ਲਿੱਤੀ ਆ। ਸੂਜੀ ਬਿਲਕੁਲ ਬਰੀਕ ਹੈਗੀ, ਇਹ 2 ਕੌਲੀਆਂ ਸੂਜੀ ਦੀਆਂ ਆਪਾਂ ਪਾ ਦਿਆਂਗੇ। ਇਹਨੂੰ ਹਲਕਾ ਜਿਹਾ ਭੁੰਨਾਂਗੇ। ਇਸ ਬਰਫੀ ਦੇ ਵਿੱਚ ਜ਼ਿਆਦਾ ਤੁਹਾਨੂੰ ਘਿਓ ਵਰਤਣ ਦੀ ਵੀ ਲੋੜ ਨਹੀਂ, ਵੀ ਜ਼ਿਆਦਾ ਘਿਓ ਲੱਗੂਗਾ, ਥੋੜ੍ਹਾ ਜਿਹਾ ਘਿਓ ਲੱਗੂਗਾ, ਉਹ ਵੀ ਤੁਹਾਡੀ ਆਪਣੀ ਇੱਛਾ ਹੈਗੀ ਵੀ ਜੇ ਤੁਸੀਂ ਘਿਓ ਐਡ ਕਰਨਾ ਗਾ। ਅਤੇ ਜਿਵੇਂ ਮੈਂ ਕਾਸਟਰਡ ਮਿਕਸ ਕੀਤਾ ਸੀਗਾ ਪਾਣੀ ਦੇ ਵਿੱਚ, ਉੱਥੇ ਤੁਸੀਂ ਮਲਾਈ 'ਚ ਮਿਕਸ ਕਰ ਸਕਦੇ ਹੋ ਜਾਂ ਹਲਕੇ ਜਿਹੇ ਘਿਓ 'ਚ ਉਹਨੂੰ ਮਿਕਸ ਕਰ ਸਕਦੇ ਹੋ। ਫਿਰ ਇੱਥੇ ਤੁਸੀਂ ਘਿਓ ਨਾ ਵਰਤਿਓ, ਕਿਉਂਕਿ ਇਹ ਬਰਫੀ ਹੈ ਜਿਹੜੀ ਬਹੁਤ ਘੱਟ ਘਿਓ 'ਚ ਬਣ ਕੇ ਵੀ ਵਧੀਆ ਤਿਆਰ ਹੁੰਦੀ ਆ। ਅਤੇ ਮੀਡੀਅਮ ਜਿਹੀ ਅੱਗ 'ਤੇ ਹੈ ਜਿਹੜਾ ਆਪਾਂ ਸੂਜੀ ਨੂੰ ਨਾ ਬਿਲਕੁਲ ਗੋਲਡਨ ਜਿਹਾ ਹੋਣ ਤੱਕ ਹੈ ਜਿਹੜਾ ਭੁੰਨਾਂਗੇ ਚੰਗੇ ਤਰੀਕੇ ਨਾਲ। ਅਤੇ ਜੇ ਤੁਹਾਡੇ ਕੋਲ ਬਰੀਕ ਸੂਜੀ ਨਾ ਹੋਈ ਤਾਂ ਤੁਸੀਂ ਮਿਕਸੀ ਦੇ ਵਿੱਚ ਇਹਨੂੰ ਥੋੜ੍ਹਾ ਜਿਹਾ ਬਰੀਕ ਕਰ ਸਕਦੇ ਹੋ, ਅਤੇ ਜ਼ਿਆਦਾ ਬਰੀਕ ਨਾ ਕਰਿਓ ਵੀ ਬਿਲਕੁਲ ਆਪਾਂ ਆਟਾ ਹੀ ਬਣਾ ਲਈਏ, ਹਲਕੀ ਜਿਹੀ ਮਤਲਬ ਬਰੀਕ ਕਰ ਲਿਓ ਸੂਜੀ ਨੂੰ। ਅਤੇ ਹੁਣ ਜੀ ਆਪਾਂ ਇਹਦੇ ਵਿੱਚ ਘਿਓ ਐਡ ਕਰਾਂਗੇ। ਘਿਓ ਦੇਖੋ ਤੁਸੀਂ ਮੇਰੇ ਕੋਲ ਬਿਲਕੁਲ ਅੱਧੀ ਕੌਲੀ ਤੋਂ ਵੀ ਘੱਟ ਹੈ, ਥੋੜ੍ਹਾ ਥੋੜ੍ਹਾ ਘਿਓ ਜਿੰਨਾ ਕੁ ਆਪਾਂ ਨੂੰ ਜ਼ਰੂਰਤ ਮਹਿਸੂਸ ਹੋਈ ਨਾ ਓਨਾ ਓਨਾ ਕੁ ਘਿਓ ਪਾ ਕੇ ਜਿਹੜਾ ਮਿਕਸ ਕਰਾਂਗੇ। ਅਤੇ ਇਹਦੇ ਵਿੱਚ ਤੁਸੀਂ ਘਿਓ ਜਿਵੇਂ ਹੁਣ ਡਾਲਡਾ ਘਿਓ ਆਉਂਦਾ ਹੈ ਉਹ ਵੀ ਤੁਸੀਂ ਵਰਤ ਸਕਦੇ ਹੋ, ਦੇਸੀ ਵੀ ਵਰਤ ਸਕਦੇ ਹੋ। ਥੋੜ੍ਹਾ ਥੋੜ੍ਹਾ ਘਿਓ ਪਾ ਕੇ ਬਸ ਆਪਾਂ ਸੂਜੀ ਨੂੰ ਭੁੰਨਣਾ ਹੀ ਹੈਗਾ। ਅਤੇ ਇਸ ਤਰ੍ਹਾਂ ਜੀ ਸੂਜੀ ਦੇ ਵਿੱਚ ਨਾ ਆਪਾਂ ਘਿਓ ਐਡ ਕਰ ਲਿਆ, ਬਸ ਇੰਨਾ ਕੁ ਘਿਓ ਤੁਸੀਂ ਨਾ ਅੰਦਾਜ਼ੇ ਨਾਲ ਐਡ ਕਰ ਲਿਓ ਵੀ ਸੂਜੀ ਇਸ ਤਰੀਕੇ ਨਾਲ ਥੋੜ੍ਹੀ ਜਿਹੀ ਗਿੱਲੀ ਹੋ ਜੇ। ਦੇਖੋ ਅਤੇ ਆਪਣਾ ਘਿਓ ਹੈ ਜਿਹੜਾ ਅੱਧੀ ਕੌਲੀ ਤੋਂ ਘੱਟ ਸੀ, ਇੰਨਾ ਘਿਓ ਹਜੇ ਵੀ ਬਚਿਆ ਪਿਆ, ਯਾਨੀ ਕਿ 2 ਚਮਚ ਬਚੇ ਪਏ ਆ, ਅਤੇ ਮੈਂ ਅੱਧਾ ਕੁ ਚਮਚ ਹੋਰ ਐਡ ਕੀਤਾ ਸੀ, 2.5 ਚਮਚ ਆ ਜਿਹੜੇ ਟੋਟਲ ਘਿਓ ਦੇ ਲੱਗੇ ਆ। ਮਤਲਬ 2 ਕੌਲੀਆਂ ਆਪਣੇ ਕੋਲ ਸੂਜੀ ਦੀਆਂ ਸੀਗੀਆਂ, 2 ਕੌਲੀਆਂ ਦੇ ਵਿੱਚ ਸਿਰਫ 2.5 ਚਮਚ ਲੱਗੇ ਆ। ਅਤੇ ਹੁਣ ਬਸ ਆਪਾਂ ਇਹਨੂੰ ਭੁੰਨ ਲੈਣਾ ਹੈਗਾ, ਜਦੋਂ ਤੱਕ ਚੰਗੀ ਖੁਸ਼ਬੂ ਨਹੀਂ ਆਉਣ ਲੱਗ ਜਾਂਦੀ, ਵਧੀਆ ਖੁਸ਼ਬੂ ਆਉਣ ਲੱਗ ਜੂਗੀ ਘਿਓ ਦੀ ਅਤੇ ਸੂਜੀ ਦੀ।
तो इस तरह जी आप सूजी भुन रहे हैं। सूजी ना बिल्कुल तुसी कड़छी हिलाते हुए पकाई जाना है, क्योंकि फिर जो तुसी कड़छी ना हिलाओगे ना तो ये की होगा कि जी सूजी है कितों कच्ची रहेजू कितों पक्की रहेजू, बाद बर्फी का ना टेस्ट बिल्कुल वधिया नहीं आना गा। तो इनू ज़्यादा आप बिल्कुल गोल्डन नहीं करना, हल्का जहा गोल्डन करना है। देखो हल्का हल्का कलर है जो सूजी का चेंज होन लग गया, तो खुशबू भी आने लग गई है इस तरीके ना। बस आप हल्का जहा कलर थोड़ा जहा जो येलो जो हो गया ना गोल्डन जे, उदो आप इनू नीचे है जरा उतार लाँगे, तो इस तरीके आप इनू पकाते जावे। झटपट बन जाती है बर्फी, बहुत आसान तरीके बनती है तो टेस्टी भी बहुत बनती हैगी। तो जे तुसी इनू थोड़ा जहा होर वधिया फ्लेवर देना हो जो हम सूजी आप भुन लाँगे ये थोड़ा जहा खोआ या मिल्क पाउडर भी ऐड कर सकते हो, तो वो भी फ्लेवर है जरा वधिया आ जाता, पर इस तरीके भी यह बहुत टेस्टी बन के तैयार होगी घट तो घट समान के नाल। बिल्कुल इस तरीके की आप हल्की जी गोल्डन कर ली है, हुण आप इनू जरा नीचे उतार लें जी कढ़ाई नू। तो कढ़ाही में जो तुम थले उतार लोगे जी चुल्हे तो हल्का हल्का इन इस तरीके थोड़ा टाइम हिलाते जरूर रहो, क्योंकि ये हल्का जहाँ कितने ठंडी हो जूगी। जे आप एवं इन छड़ देंगे ना तो कढ़ाही गर्म है तो नीचे लगनी स्टार्ट हो जाती है। सो हल्का जहाँ आप ठंडा करा तो जो तक आप ठंडा कर दे तो उदों तक आप जो खंड का सिरप है इनू गर्म कर लें जी। इस तरह जी जो ये खंड का सिरप है ना इनू आप गर्म जरूर करना है, क्योंकि जिम्मे ठंडा हो जूगा ना ज़्यादा गाढ़ा हो जूगा तो टैक्सचर चेंज हो जूगा, पर गर्म करके जिम्मे आप बना के रखा से उस तरीके का टैक्सचर हो जूगा। तो जे आप ज़्यादा गाढ़ा सूजी के ऐड करा, क्योंकि सूजी है जी बहुत जल्दी पानी में सोख लेंदी है, सो इस करके जो आप सूजी के गाढ़ा जो ऐड करा ना फिर अपना टैक्सचर वधिया नहीं आना, तो बर्फी है जी ज़्यादा हार्ड बन के तैयार हो जूगी, तो टुकड़े तो बिल्कुल ही नहीं टुटने। सो इस तरीके इनू हल्का जहा गर्म करके तुम जिमें पहला सगा थोड़ा पतला टैक्सचर का सगा यह सिर्फ उस तरीके ने बना लेना गा, बिल्कुल मीडियम जी फ्लेम से आप गर्म कर लाँगे। तो इस तरह की जी सूजी भुनी है वह भी हल्की जी गर्म है, तो जोड़ा आप सिरप बनाया इनू भी आप गर्म कर लिया। इस तरीके मिक्स करते जावे आप सारे सिरप नी जरा मिला देंगे, तो ज़्यादा काली भी ना तुम करो क्योंकि दोनों चीज़ा जीडिया गर्म है, तो आप अग तो इन्हों थले उतार लिया, तो आप हल्के हल्के हाथा ना भी ये गंढा ना बन बस सूजी दियाँ इस तरीके मिक्स कर देंगे। जिमें जिमें ठंडा हो चलू ना वधिया इहदा टैक्सचर बनी जाऊगा। देखो सारिया चीज़ा आप नाप के लईआं सी बिल्कुल परफेक्ट बन के ये तैयार होया जी। तो हुण जी इहनू आप ज़्यादा ठंडा नहीं करना, बिल्कुल तैयार है ये। नाल दी नाल आप इहनू शिफ्ट कर देना जी एक बर्तन दे विच जिहदे च आप बर्फी जमा के रखनी है, तो चंगे तरीके नाल जी इहनू आप सैट कर देंगे इस तरीके नाल कड़छी की मदद नाल ही, क्योंकि गर्म बहुत है। तो जिन्ने कु तुसीं मिठाई च पीस रखने है ना बर्फी के उन्ना कु तुसीं इहनू सैट कर दिओ। तो इस तरह जी चंगे तरीके मैं बर्फी में जरा सैट कर लिया, तो हूँ गर्म गर्म बर्फी के उपर है जोड़ा ये नारियल मैं कद्दूकश करके रख लिया, इनू आप इस तरीके जो छिड़क देंगे। थोड़े को बदम होए पिस्ते होए जा चांदी का वर्क होया तुसी वो भी गार्निश कर सकते हो बर्फी में, गर्म गर्म ती लगा दो क्योंकि गर्म गर्म तो आसानी ना यह चिपक जू। हल्का जहा हत्था आप इस तरीके प्रेस कर देंगे, तो इनू सैट होने वास्ते रख देंगे। अद्धे एक घंटे जो चंगे तरीके सैट हो जूगी उदो आप पीस कट लाँगे, तो पीस भी आसानी ना कट्टे जा सकते हैं, ये नहीं है भी आपां नूं पहला कट ला के रखने पैणगे, बिल्कुल भी नहीं। तो बर्फी हो गई है जी सैट, तो हुण आपां इहदे पीस है जिहड़े उह कट्टांगे। बिल्कुल बराबर पीस बना लेंगे इस तरीके नाल, जिन्ने जिन्ने थोनू पीस वधिया लगे ना जिन्ने जिन्ने तुसी कटने हुए उस तरीके नाल कट लिओ, बहुत आसानी नाल जिहड़े पीस है कट्टे जाणगे। साइडां वाले पीस आपां इस तरीके नाल अलग कर देंगे जी, जिहड़े सिक्योर पीस इक्को जे है उन्हां नूं आपां अलग कढ लांगे। किन्ने वधिया जिहड़े इह बण के तैयार होए सारे इक्को जे पीस, ते किन्ना वधिया टैक्सचर है जिहड़ा अपना बर्फी दा आया, बिल्कुल नरम बर्फी बन के तैयार हुई है, किन्नी वधिया। देखो हुण आपां इहनू सर्व कर लैने इक प्लेट दे विच जी। तो बर्फी अपनी बन के हो गई जी तैयार, झटपट बन जूगी बहुत घट समय च बहुत घट समान ना। वीडियो जेकर वधिया लगी जी लाइक जरूर करो, वो तो वध शेयर करो जी, अपने चैनल नूं जांदे जांदे हुणे सबसक्राइब कर लो जेकर तुसी ये पहली बार साडी वीडियो देखी है जी। आपां मिलांगे नैक्सट रैसपी दे नाल, तद तक लई तुहानूं सारिआं नूं सति श्री अकाल जी।